ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਜਿੱਥੇ ਬੇਕਾਬੂ ਕਾਰ 10 ਫੁੱਟ ਹੇਠਾਂ ਜਾ ਕੇ ਡਿੱਗ ਪਈ। ਇਹ ਭਿਆਨਕ ਹਾਦਸਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਮੋੜ ਕੱਟਦੇ ਸਮੇਂ ਕਾਰ ਬੇਕਾਬੂ ਹੋ ਗਈ, ਇੱਕ ਘਰ ਦੀ ਰੇਲਿੰਗ ਨੂੰ ਤੋੜਦੀ ਹੋਈ 10 ਫੁੱਟ ਹੇਠਾਂ ਜਾ ਕੇ ਡਿੱਗ ਪਈ। ਔਰ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਤੇਜ਼ ਰਫ਼ਤਾਰ ਦਾ ਕਹਿਰ ਆ ਜਿਹੜਾ ਸਾਫ਼ ਤੌਰ 'ਤੇ ਨਜ਼ਰ ਆਇਆ। ਕਾਰ ਚਾਲਕ ਤੋਂ ਮੋੜ ਨਹੀਂ ਕੱਟਿਆ ਗਿਆ, ਕਾਰ ਬੇਕਾਬੂ ਹੋ ਕੇ 10 ਫੁੱਟ ਥੱਲੇ ਆ ਕੇ ਪਲਟ ਗਈ। ਤਸਵੀਰਾਂ ਹਿਮਾਚਲ ਦੇ ਬਿਲਾਸਪੁਰ ਤੋਂ ਸਾਹਮਣੇ ਆਈਆਂ ਨੇ, ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਨੇ। ਕਾਰ ਚਾਲਕ ਜ਼ਖਮੀ ਹੋਇਆ, ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਿਸ ਕਾਰ ਦਾ ਹਾਦਸਾ ਹੋਇਆ ਉਸਦੇ ਪਿੱਛੇ ਇੱਕ ਕਾਰ ਆ ਰਹੀ ਸੀ, ਉਹਨਾਂ ਨੇ ਹਾਦਸੇ ਨੂੰ ਦੇਖ ਕੇ ਕਾਰ ਰੋਕੀ ਅਤੇ ਭੱਜ ਕੇ ਪੀੜਤ ਕੋਲ ਪਹੁੰਚੇ। ਜ਼ਖਮੀ ਹੋਏ ਕਾਰ ਸਵਾਰ ਨੂੰ ਬਾਹਰ ਕੱਢਿਆ ਅਤੇ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਘਰ ਦੀ ਰੇਲਿੰਗ ਸੀ ਜਿਸ ਨੂੰ ਤੋੜਦੀ ਹੋਈ ਕਾਰ 10 ਫੁੱਟ ਜ਼ਮੀਨ 'ਤੇ ਆ ਕੇ ਥੱਲੇ ਡਿੱਗ ਪਈ। ਭਾਰੀ ਨੁਕਸਾਨ ਹੋ ਗਿਆ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤਾਂ ਘਰ ਜਿਸ ਦਾ ਨੁਕਸਾਨਿਆ ਗਿਆ ਉਹਦੇ ਵੱਲੋਂ ਕਿਹਾ ਗਿਆ ਕਿ ਜਿੱਥੇ ਰੇਲਿੰਗ ਤੋੜੀ ਗਈ ਉੱਥੇ ਘਰ ਦਾ ਵੀ ਨੁਕਸਾਨ ਹੋਇਆ। ਚੱਲਦੀ ਕਾਰ ਦਾ ਸੰਤੁਲਨ ਵਿਗੜ ਗਿਆ, ਮੋੜ ਨਹੀਂ ਕੱਟਿਆ ਗਿਆ ਤਾਂ ਅਚਾਨਕ ਮੋੜ 'ਤੇ 10 ਫੁੱਟ ਹੇਠਾਂ ਕਾਰ ਜਾ ਕੇ ਡਿੱਗ ਪਈ। ਔਰ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਜਿੱਥੇ ਬੇਕਾਬੂ ਕਾਰ 10 ਫੁੱਟ ਹੇਠਾਂ ਜਾ ਕੇ ਡਿੱਗ ਪਈ। ਇਹ ਭਿਆਨਕ ਹਾਦਸਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਮੋੜ ਕੱਟਦੇ ਸਮੇਂ ਕਾਰ ਬੇਕਾਬੂ ਹੋ ਗਈ, ਇੱਕ ਘਰ ਦੀ ਰੇਲਿੰਗ ਨੂੰ ਤੋੜਦੀ ਹੋਈ 10 ਫੁੱਟ ਹੇਠਾਂ ਜਾ ਕੇ ਡਿੱਗ ਪਈ। ਔਰ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਤੇਜ਼ ਰਫ਼ਤਾਰ ਦਾ ਕਹਿਰ ਆ ਜਿਹੜਾ ਸਾਫ਼ ਤੌਰ 'ਤੇ ਨਜ਼ਰ ਆਇਆ। ਕਾਰ ਚਾਲਕ ਤੋਂ ਮੋੜ ਨਹੀਂ ਕੱਟਿਆ ਗਿਆ, ਕਾਰ ਬੇਕਾਬੂ ਹੋ ਕੇ 10 ਫੁੱਟ ਥੱਲੇ ਆ ਕੇ ਪਲਟ ਗਈ। ਤਸਵੀਰਾਂ ਹਿਮਾਚਲ ਦੇ ਬਿਲਾਸਪੁਰ ਤੋਂ ਸਾਹਮਣੇ ਆਈਆਂ ਨੇ, ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਨੇ। ਕਾਰ ਚਾਲਕ ਜ਼ਖਮੀ ਹੋਇਆ, ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਿਸ ਕਾਰ ਦਾ ਹਾਦਸਾ ਹੋਇਆ ਉਸਦੇ ਪਿੱਛੇ ਇੱਕ ਕਾਰ ਆ ਰਹੀ ਸੀ, ਉਹਨਾਂ ਨੇ ਹਾਦਸੇ ਨੂੰ ਦੇਖ ਕੇ ਕਾਰ ਰੋਕੀ ਅਤੇ ਭੱਜ ਕੇ ਪੀੜਤ ਕੋਲ ਪਹੁੰਚੇ। ਜ਼ਖਮੀ ਹੋਏ ਕਾਰ ਸਵਾਰ ਨੂੰ ਬਾਹਰ ਕੱਢਿਆ ਅਤੇ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਘਰ ਦੀ ਰੇਲਿੰਗ ਸੀ ਜਿਸ ਨੂੰ ਤੋੜਦੀ ਹੋਈ ਕਾਰ 10 ਫੁੱਟ ਜ਼ਮੀਨ 'ਤੇ ਆ ਕੇ ਥੱਲੇ ਡਿੱਗ ਪਈ। ਭਾਰੀ ਨੁਕਸਾਨ ਹੋ ਗਿਆ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤਾਂ ਘਰ ਜਿਸ ਦਾ ਨੁਕਸਾਨਿਆ ਗਿਆ ਉਹਦੇ ਵੱਲੋਂ ਕਿਹਾ ਗਿਆ ਕਿ ਜਿੱਥੇ ਰੇਲਿੰਗ ਤੋੜੀ ਗਈ ਉੱਥੇ ਘਰ ਦਾ ਵੀ ਨੁਕਸਾਨ ਹੋਇਆ। ਚੱਲਦੀ ਕਾਰ ਦਾ ਸੰਤੁਲਨ ਵਿਗੜ ਗਿਆ, ਮੋੜ ਨਹੀਂ ਕੱਟਿਆ ਗਿਆ ਤਾਂ ਅਚਾਨਕ ਮੋੜ 'ਤੇ 10 ਫੁੱਟ ਹੇਠਾਂ ਕਾਰ ਜਾ ਕੇ ਡਿੱਗ ਪਈ। ਔਰ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ।